ਸ੍ਰੀਕਾਲ ਜੀ, ਸਵੈਗ ਦੇਸੀ ਰਸੋਈ ਜੀ ਤੁਹਾਡਾ ਸਵਾਗਤ ਹੈ। ਅਤੇ ਅੱਜ ਅਸੀਂ ਆਪਣੀ ਰਸੋਈ 'ਚ ਵੈਜ ਓਟਸ ਬਣਾਉਣ ਲੱਗੇ ਹਾਂ, ਅਤੇ ਉਹਦੇ ਲਈ ਅਸੀਂ ਆਪਣੀ ਤਿਆਰੀ ਕਰ ਲਈ ਹੈ। ਅਤੇ ਤੁਸੀਂ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਦਬਾਓ, ਅਤੇ ਸਾਡੀਆਂ ਜਿਹੜੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅਤੇ ਇਹ ਜਿਹੜੇ ਆਪਾਂ ਓਟਸ ਬਣਾਉਣ ਲੱਗੇ ਹਾਂ, ਇਹ ਆਪਾਂ ਬ੍ਰੇਕਫਾਸਟ ਵਿੱਚ ਅਤੇ ਡਿਨਰ 'ਚ ਵੀ ਖਾ ਸਕਦੇ ਹਾਂ, ਜਿਹੜੇ ਕਿ ਬੜੇ ਪੌਸ਼ਟਿਕ ਹੁੰਦੇ ਨੇ। ਅਤੇ ਆਓ ਤੁਸੀਂ ਦੇਖੋ ਅਸੀਂ ਵੈਜ ਓਟਸ ਕਿੱਦਾਂ ਬਣਾਉਂਦੇ ਹਾਂ। ਕੜਾਹੀ ਦੇ ਵਿੱਚ ਅਸੀਂ 2 ਚਮਚ ਘਿਓ ਪਾ ਲਿਆ, ਅਤੇ ਘਿਓ ਗਰਮ ਹੋਏਗਾ ਅਤੇ ਫਿਰ ਅਸੀਂ ਇਸਨੂੰ ਤੜਕਾ ਲਗਾਵਾਂਗੇ। ਅਤੇ ਅਸੀਂ 2 ਕੱਪ ਜਿਹੜੇ ਨੇ ਓਟਸ ਲਏ ਸੀ, ਜਿਨ੍ਹਾਂ ਨੂੰ ਅਸੀਂ ਧੋ ਕੇ ਅਤੇ 15-20 ਮਿੰਟ ਲਈ ਭਿਉਂ ਦਿੱਤਾ ਸੀਗਾ, ਅਤੇ ਸਾਡੇ ਓਟਸ ਜਿਹੜੇ ਨੇ ਉਹ ਬਿਲਕੁਲ ਆਪਣਾ ਭਿੱਜ ਗਏ ਨੇ। ਅਤੇ ਹੁਣ ਅਸੀਂ ਸਬਜ਼ੀਆਂ ਦਾ ਤੜਕਾ ਲਗਾਵਾਂਗੇ। ਅਤੇ ਇਹਦੇ ਲਈ ਅਸੀਂ ਆਪਣਾ ਘਿਓ ਗਰਮ ਹੋ ਗਿਆ ਅਤੇ ਇਹਦੇ ਵਿੱਚ 1/2 ਚਮਚ ਜਿਹੜਾ ਜੀਰਾ ਪਾਵਾਂਗੇ। ਲਸਣ ਉਹਦੇ ਲਈ ਅਸੀਂ ਜਿਹੜੀ ਸਬਜ਼ੀਆਂ ਨੇ ਇਹ ਪਿਆਜ਼, 1 ਪਿਆਜ਼ ਕੱਟਿਆ, ਛੋਟੇ ਹੋ ਤਾਂ 2 ਕੱਟ ਲਓ, ਠੀਕ ਹੈ। ਨਾਲੇ ਸਬਜ਼ੀ ਜਿਹੜੀਆਂ ਨੇ ਉਹ ਆਪਣੀ ਤੁਸੀਂ ਇੱਛਾ ਦੇ ਮੁਤਾਬਕ ਜਿਹੜੀ ਘਰ ਹੋਵੇ ਸਬਜ਼ੀ ਆਪਾਂ ਪਾ ਸਕਦੇ ਹੈਗੇ ਹਾਂ। ਅਤੇ ਇਹ ਨਾਲ ਅਸੀਂ ਕੱਟੇ ਨੇ ਜੀ ਆਪਣਾ ਟਮਾਟਰ ਨੇ, ਸ਼ਿਮਲਾ ਮਿਰਚ, ਗਾਜਰ ਅਤੇ ਬੀਨਸ, ਇਹ ਹਰੀ ਮਿਰਚ, ਇਹ ਹਰੀ ਮਿਰਚ ਵੀ ਪਾ ਦਾਂਗੇ। ਹੋਰ ਜਿਹੜੇ ਨੇ ਬੜੀ ਜਲਦੀ ਤਿਆਰ ਹੋ ਜਾਂਦੇ ਨੇ, ਅਤੇ ਇਹਨਾਂ ਨੂੰ ਆਪਣੇ ਨਾਸ਼ਤੇ ਦੇ ਵਿੱਚ ਜਾਂ ਡਿਨਰ ਦੇ ਵਿੱਚ ਜ਼ਰੂਰ ਮਤਲਬ ਕਿ ਖਾਣਾ ਚਾਹੀਦਾ। ਬਸ ਪਿਆਜ਼ ਅਸੀਂ ਇੰਨਾ ਕੀ ਇੱਦਾਂ ਕਰਨਾ ਹੈ, ਅਤੇ ਇਹਦੇ ਵਿੱਚ ਅਸੀਂ ਉਹ ਪਾ ਦਾਂਗੇ ਜੀ ਆਪਣੇ ਟਮਾਟਰ। ਸ਼ਿਮਲਾ ਮਿਰਚ ਗਾਜਰ 2 ਕੱਪ ਅਸੀਂ ਲਏ, ਇਹਦੇ ਵਿੱਚ ਅਸੀਂ ਗਾਜਰ ਜਿਹੜੀ 1 ਗਾਜਰ ਜਿਹੜੀ ਬਰੀਕ ਬਰੀਕ ਕੱਟੀ ਹੈ, ਇਸੇ ਤਰ੍ਹਾਂ ਇਹ ਬੀਨਸ ਨੇ ਜਿਹੜੀਆਂ ਬੜੀ ਟੇਸਟੀ ਲੱਗਦੀਆਂ ਨੇ, ਸਬਜ਼ੀਆਂ ਬਸ ਥੋੜ੍ਹੀਆਂ ਛੋਟੇ ਕਰਨਗੇ, ਉਹਦੇ ਬਾਅਦ ਬਸ ਆਪਾਂ ਇਹਦੇ 'ਚ ਨਮਕ ਵਗੈਰਾ ਪਾਵਾਂਗੇ। ਥੋੜ੍ਹੀ ਜਿਹੀ ਹਲਦੀ ਪਾਵਾਂਗੇ ਅਤੇ ਲਾਲ ਮਿਰਚ ਵੀ ਪਾਣੀ, ਹਰੀ ਮਿਰਚ ਪਾ ਦਿੱਤੀ ਹੈ, ਅਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਕਾਲੀ ਮਿਰਚ, ਕਾਲੀ ਮਿਰਚ ਪਾਊਡਰ ਪਾ ਦਿਓ। ਕਾਲੀ ਮਿਰਚ ਦਾ ਟੇਸਟ ਜਿਹੜਾ ਬਹੁਤ ਵਧੀਆ ਆਉਂਦਾ, ਅਤੇ ਨਮਕ ਜਿਹੜਾ ਉਹ ਆਪਣੇ ਟੇਸਟ ਦੇ ਮੁਤਾਬਕ, ਨਮਕ ਘੱਟ ਹੀ ਖਾਣਾ ਚਾਹੀਦਾ। 1 ਚਮਚ ਅਸੀਂ ਨਮਕ ਪਾਉਣ ਲੱਗੇ, ਸਾਡੇ ਓਟ ਸੀਗੇ ਅਤੇ ਉਹਦੇ ਲਈ ਅਸੀਂ ਡਬਲ ਪਾਣੀ 4 ਕੱਪ ਅਤੇ 1 ਕੱਪ ਅਸੀਂ ਹੋਰ ਉੱਪਰ ਪਾਉਣ ਲੱਗੇ, ਤਾਂ ਕਿ ਸਾਡੀ ਸਬਜ਼ੀਆਂ ਨੇ ਉਹਨਾਂ ਨੇ ਥੋੜ੍ਹਾ ਜਿਹਾ ਭੁਕਾਉਣਾ।
ਪਾਣੀ ਬੋਇਲ ਹੋ ਜਾਏਗਾ ਅਤੇ ਅਸੀਂ ਓਟਸ ਜਿਹੜੇ ਨੇ ਇਹ 'ਚ ਪਾ ਦਾਂਗੇ। ਜਦੋਂ ਇਹਦਾ ਓਟਸ ਪਾਓ ਅਤੇ ਆਪਣਾ ਨਮਕ ਚੈੱਕ ਕਰ ਲੈਣਾ ਚਾਹੀਦਾ, ਜੇ ਘੱਟ ਹੋਵੇ ਤਾਂ ਆਪਾਂ ਪਾ ਸਕਦੇ ਹਾਂ। ਅਤੇ ਹੁਣ ਇਹਨੂੰ ਬੋਇਲ ਹੋਏਗਾ ਅਤੇ ਫਿਰ ਅਸੀਂ ਓਟਸ ਪਾਉਂਦੇ ਹਾਂ। ਪਾਣੀ ਬੋਇਲ ਹੋ ਰਿਹਾ ਅਤੇ ਇਹਦੇ ਵਿੱਚ ਅਸੀਂ ਹੁਣ ਇਹ ਜਿਹੜੇ ਓਟਸ ਨੇ ਇਹ ਪਾ ਦਾਂਗੇ। ਜਿਵੇਂ ਜਿਹੜੇ ਓਟਸ ਤਿਆਰ ਹੋਣਗੇ ਉਹਨੇ ਜਿਹੜਾ ਅਸੀਂ ਥੋੜ੍ਹਾ ਜਿਹਾ ਧਨੀਆ ਕੱਟ ਲਾਂਗੇ। ਵੈਜ ਓਟਸ ਸਾਡੇ ਤਿਆਰ ਹੋ ਗਏ ਨੇ ਅਤੇ ਆਪਣਾ ਇਹ ਠੰਡਾ ਹੋ ਗਿਆ, ਥੋੜ੍ਹਾ ਥਿੱਕ ਹੋ ਜਾਏਗਾ ਅਤੇ ਇਹਦੇ ਵਿੱਚ ਹੁਣ ਅਸੀਂ ਪਾ ਦਾਂਗੇ ਧਨੀਆ। ਓਟਸ ਬੜੇ ਵਧੀਆ ਔਰ ਦੇਖਣ 'ਚ ਵੀ ਅੱਛੇ ਲੱਗ ਰਹੇ ਨੇ ਔਰ ਟੇਸਟੀ ਵੀ ਨੇ। ਅਤੇ ਤੁਸੀਂ ਵੀ ਜ਼ਰੂਰ ਆਪਣਾ ਆਪਣਾ ਮੋਰਨਿੰਗ ਟਾਈਮ ਬ੍ਰੇਕਫਾਸਟ ਵਿੱਚ ਅਤੇ ਆਪਣਾ ਡਿਨਰ 'ਚ ਕਿਸੇ ਵਕਤ ਵੀ ਆਪਾਂ ਖਾ ਸਕਦੇ ਹਾਂ, ਬੜੇ ਟੇਸਟੀ ਬਣਦੇ ਨੇ। ਅਤੇ ਆਪਾਂ ਹੁਣ ਕੀ ਹੈ ਜੀ, ਆਪਣੀ ਗੈਸ ਕਰ ਦਾਂਗੇ ਇਹਨੂੰ ਬੰਦ। ਸਬਜ਼ੀਆਂ ਤੁਸੀਂ ਆਪਣੀ ਪਸੰਦ ਦੀਆਂ ਪਾ ਸਕਦੇ ਹੋ, ਜਿਹੜੀ ਸਬਜ਼ੀ ਜਾਂ ਘਰ ਜਿਹੜੀ ਹੋਵੇ ਆਪਾਂ ਉਹ ਸਬਜ਼ੀ ਪਾ ਲਓ। ਓਟਸ ਤਿਆਰ ਹੋ ਗਏ ਨੇ ਅਤੇ ਤੁਸੀਂ ਸਾਡਾ ਜਿਹੜਾ ਚੈਨਲ ਹੈ ਉਹ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਦਬਾਓ ਅਤੇ ਅਸੀਂ ਇਸੇ ਤਰ੍ਹਾਂ ਨਵੀਆਂ ਰੈਸਪੀ ਲੈ ਕੇ ਅਤੇ ਫਿਰ ਆਉਂਦੇ ਰਹਾਂਗੇ।